ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਜਿਹੜਾ ਵਿਸ਼ੇਸ਼ ਮੁੱਦਾ ਅਸੀਂ ਲੈਣ ਜਾ ਰਹੇ ਹਾਂ ਉਹ ਹੈ ਸਾਡੇ ਮੌਜੂਦਾ ਇਤਿਹਾਸ ਦਾ ਇੱਕ ਐਸਾ ਪੱਖ ਹੈ, ਇੱਕ ਐਸਾ ਘੱਲੂਘਾਰਾ ਜਿਸ ਨੇ ਸਾਨੂੰ ਤੁਰ ਅੰਦਰ ਤੱਕ ਹਿਲਾ ਦਿੱਤਾ ਹੈ, ਇੱਕ ਐਸਾ ਦੁੱਖ ਜਿਹੜਾ ਕਿ ਸਦੀਆਂ ਤੱਕ ਕਦੀ ਨਹੀਂ ਮਿਟੇਗਾ। ਇਸ ਨੂੰ ਕੋਈ ਹੀਲਿੰਗ ਟੱਚ ਨਹੀਂ ਦੇ ਸਕਦਾ। ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹੋਇਆ 1984 ਵਿੱਚ ਉਹ ਭਿਆਨਕ ਔਰ ਦਰਦਨਾਕ ਘੱਲੂਘਾਰਾ ਬਲਿਊ ਸਟਾਰ ਦੇ ਨਾਂ ਦੇ ਉੱਤੇ। ਉਸ ਤੋਂ ਬਾਅਦ ਕਾਫੀ ਜੋ ਕੁਛ ਉਸਦਾ ਪ੍ਰਤੀਕਰਮ ਹੋਣਾ ਸੀ ਉਹ ਤਾਂ ਹੋਇਆ। ਸਰਕਾਰ ਵੱਲੋਂ ਤੁਰੰਤ ਉਸ ਦੇ ਬਾਅਦ ਇੱਕ ਵਾਈਟ ਪੇਪਰ ਜਾਰੀ ਕੀਤਾ ਗਿਆ ਜੁਲਾਈ ਦੇ ਵਿੱਚ, ਜੁਲਾਈ 1984 ਵਿੱਚ। ਜੂਨ 1984 'ਚ ਇਹ ਦੁਖਾਂਤ ਵਾਪਰਿਆ, ਮਗਰ ਉਹ ਵਾਈਟ ਪੇਪਰ ਹਾਲਾਂ 12 ਜ਼ਬਾਨਾਂ ਦੇ ਵਿੱਚ ਛਾਪਿਆ ਗਿਆ, ਪਰ ਉਹ ਵੀ ਉਹਦਾ ਮਕਸਦ ਗੱਲ ਨੂੰ ਲੁਕਾਉਣਾ ਸੀ, ਨਾ ਕਿ ਦੱਸਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ 1996 ਵਿੱਚ ਇੱਕ ਵਾਈਟ ਪੇਪਰ ਜਾਰੀ ਕੀਤਾ ਗਿਆ, ਪਰ ਉਸ ਦੇ ਵਿੱਚ ਵੀ ਖਾਨਾ ਪੂਰਤੀ ਹੀ ਕੀਤੀ ਗਈ। ਅੰਗਰੇਜ਼ੀ ਵਿੱਚ ਛਾਪਿਆ ਗਿਆ ਬਹੁਤ ਥੋੜ੍ਹੀ ਗਿਣਤੀ ਦੇ ਵਿੱਚ, ਜਿਹੜਾ ਆਮ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਅਸੀਂ ਹਰਿਮੰਦਰ ਸਾਹਿਬ ਦੀ ਬੈਕਗਰਾਊਂਡ ਬਾਰੇ ਥੋੜ੍ਹੀ ਜਿਹੀ ਆਪ ਜੀ ਨਾਲ ਹੁਣੇ ਗੱਲ ਕੀਤੀ ਸੀ, ਪਰ ਅੱਜ ਜਿਹੜਾ ਮਸਲਾ ਹੈ ਇੱਕ ਬਹੁਤ ਹੀ ਕਮਾਲ ਦੀ ਗੱਲ ਹੈ ਔਰ ਸਾਡੇ ਲਈ ਇੱਕ ਬਹੁਤ ਜ਼ਿੰਮੇਵਾਰੀ ਦੀ ਗੱਲ ਹੈ ਕਿ ਉਸ ਵੇਲੇ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਇੱਕ ਨਿਰਣਾ ਲੈਂਦਿਆਂ ਹੋਇਆਂ ਭਾਰਤ ਸਰਕਾਰ ਦੇ ਉੱਤੇ 1000 ਕਰੋੜ ਰੁਪਏ ਦਾ ਹਰਜ਼ਾਨੇ ਦਾ ਦਾਅਵਾ ਕੀਤਾ, ਜੋ ਕਿ ਉਸੇ ਵੇਲੇ ਕਰ ਦਿੱਤਾ। ਪਰ ਇਤਨੇ ਸਾਲ ਹੋ ਗਏ, ਉਹ ਕੇਸ ਹਾਲੇ ਤੱਕ ਉਸਦਾ ਕੋਈ ਨਿਰਣਾ ਨਹੀਂ ਹੋਇਆ। 1000 ਕਰੋੜ ਕੁਛ ਵੀ ਨਹੀਂ ਹੈ, ਉਸਦੀ ਕੋਈ ਕੀਮਤ ਨਹੀਂ ਲਗਾ ਸਕਦਾ, ਪਰ ਇੱਕ ਨੋਸ਼ਨਲ, ਇੱਕ ਜਿਹੜੀ ਮਾਨਸਿਕਤਾ ਨੂੰ ਚੋਟ ਪਹੁੰਚੀ ਹੈ ਔਰ ਇਹ ਦੱਸਣ ਲਈ ਕਿ ਇਹ ਵਾਕਈ ਅਸੀਂ ਇਸ ਦੇ ਲਈ ਗੰਭੀਰ ਹਾਂ। ਉਸ ਮੁਕੱਦਮੇ ਨੂੰ ਸਾਨੂੰ ਖੁਸ਼ੀ ਹੈ ਕਿ ਸੀਨੀਅਰ ਐਡਵੋਕੇਟ ਜਿਨ੍ਹਾਂ ਨੇ ਅੱਗੇ ਵੀ ਕਾਫੀ 1984 ਬਾਰੇ ਜੋ ਵੀ ਜ਼ੁਲਮ ਤਸ਼ੱਦਦ ਹੋਇਆ ਉਸਦੇ ਕੇਸਿਸ ਪੂਰੀ ਤਨਦੇਹੀ ਨਾਲ ਕੀਤੇ, ਸਰ HS ਫੂਲਕਾ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਹਨ, ਸਾਡੇ ਨਾਲ ਉਹ ਲਾਈਨ ਦੇ ਉੱਤੇ ਹਨ ਔਰ ਇਸ ਕੇਸ ਨੂੰ ਉਹਨਾਂ ਦੇ ਹੱਥਾਂ ਵਿੱਚ ਹੈ। ਫੂਲਕਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੂਲਕਾ ਸਾਹਿਬ, ਇੱਕ ਬੜੀ ਹੈਰਾਨੀ ਹੁੰਦੀ ਹੈ, ਵਾਕਈ ਕਹਿੰਦੇ ਹੈ ਕਿ ਕੋਰਟਾਂ ਦੇ ਵਿੱਚ ਦੇਰੀ ਤਾਂ ਹੁੰਦੀ ਹੈ, ਪਰ ਕਿਤਨੀ ਦੇਰੀ ਹੁੰਦੀ ਹੈ? 1985 ਦਾ ਕੇਸ ਇਤਨਾ ਲੰਬਾ ਸਮਾਂ ਹੋ ਗਿਆ, ਕਿਹੜੇ ਪਾਸੇ ਹੈ ਔਰ ਇਹ ਕੇਸ ਹੈ ਕੀ, ਇਹਦੇ 'ਚ ਮੰਗ ਕੀ ਕੀਤੀ ਗਈ ਹੈ? ਕੀ ਕੇਵਲ ਮੋਨੀਟਰੀ 1000 ਕਰੋੜ ਹੀ ਮੰਗਿਆ ਗਿਆ ਜਾਂ ਹੋਰ ਕੋਈ ਇਹਦੇ ਵਿੱਚ ਗੱਲ ਕੀਤੀ ਗਈ ਹੈ ਇਸ ਕੇਸ ਦੇ ਬਾਰੇ, ਔਰ ਖਾਸ ਕਰਕੇ ਜਿਹੜੀ ਟੋੜਾ ਸਾਹਿਬ ਦੀ ਉਹਦੇ ਵਿੱਚ ਸਟੇਟਮੈਂਟ ਰਿਕਾਰਡ ਹੋਈ ਹੈ, ਉਹ ਇੱਕ ਕਮਾਲ ਦਾ ਦਸਤਾਵੇਜ਼ ਹੈ। ਸਹੀ ਮੈਨੇ ਇਹਦੇ ਵਿੱਚ ਕਿਹਾ ਜਾਏ ਤਾਂ ਉਹ ਵਾਈਟ ਪੇਪਰ ਹੈ ਜਿਹੜੀ ਟੋੜਾ ਸਾਹਿਬ ਨੇ 4 ਸਾਲਾਂ ਦੇ ਵਿੱਚ ਲਗਾਤਾਰ ਉਸਨੂੰ ਰਿਕਾਰਡ ਕਰਾਈ, ਅਥੈਂਟੀਕੇਟਡ, ਹਾਈ ਕੋਰਟ ਦੇ ਵਿੱਚ ਰਜਿਸਟਰਡ ਕਰਾਈ। ਉਹ ਇੱਕ ਬਹੁਤ ਕਮਾਲ ਦਾ ਕੌਮੀ ਦਸਤਾਵੇਜ਼ ਹੈ। ਇਸ ਸਾਰੇ ਬਾਰੇ ਤੁਸੀਂ ਅਗਰ ਸਾਨੂੰ, ਦਰਸ਼ਕਾਂ ਨੂੰ ਥੋੜ੍ਹੀ ਜਾਣਕਾਰੀ ਦਿਓ ਤਾਂ ਅਸੀਂ ਆਪਦੇ ਬਹੁਤ ਧੰਨਵਾਦੀ ਹੋਵਾਂਗੇ। ਨਵਾਂ ਸਾਹਿਬ, ਮੈਂ
ਇਹਦੇ ਬਾਰੇ ਵੀ ਤੁਹਾਨੂੰ ਦੱਸ ਰਿਹਾ। ਪਰ ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਵਾਈਟ ਪੇਪਰ ਜਿਹੜਾ ਸਰਕਾਰ ਨੇ ਜਾਂ ਐਜੀਪੀ ਨੇ ਇਸ਼ੂ ਕੀਤਾ ਜੀ, ਉਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਯਾਦ ਕਰਾਵਾਂ ਜੀ। ਇੱਕ ਹੋਰ ਰਿਪੋਰਟ ਜੋ ਬੜੀ ਅਥੈਂਟਿਕ ਰਿਪੋਰਟ ਆ ਉਹ ਅਗਸਤ 1984 ਦੇ ਵਿੱਚ ਹੀ ਆਈ ਸੀ, ਤਾਰਕੁੰਡੇ ਰਿਪੋਰਟ। ਹਾਂਜੀ ਹਾਂਜੀ ਹਾਂਜੀ। ਔਰ ਉਹ ਜਸਟਿਸ ਤਾਰਕੁੰਡੇ ਤੇ ਉਹਨਾਂ ਦੇ ਗਰੁੱਪ ਨੇ ਉਹ ਰਿਪੋਰਟ ਲਿਖੀ ਸੀ। ਹਾਂਜੀ। ਪਰ ਉਹ ਰਿਪੋਰਟ ਸਰਕਾਰ ਨੇ ਬੈਨ ਕਰਕੇ ਉਹ ਗਰੁੱਪ ਦੇ ਕਈ ਮੈਂਬਰ ਨੂੰ ਅਰੈਸਟ ਕਰ ਲਿਆ ਸੀ ਔਰ ਤਾਰਕੁੰਡੇ ਨੂੰ ਵੀ ਅਰੈਸਟ ਕਰਨ ਲੱਗੇ ਸੀ। ਅੱਛਾ ਜੀ। ਉਹ ਰਿਪੋਰਟ ਤੁਸੀਂ ਦੇਖੋ ਔਰ ਉਸ ਵਿੱਚ ਉਹਨਾਂ ਨੇ ਇੱਕ ਪੋਸਟਮਾਰਟਮ ਰਿਪੋਰਟ ਲਗਾਈ ਹੋਈ ਹੈ। ਹਾਂਜੀ। ਪੋਸਟਮਾਰਟਮ ਰਿਪੋਰਟ 'ਚ ਲਿਖਿਆ ਹੋਇਆ ਕਿ ਇੱਕ ਲਾਸ਼ ਜਦੋਂ ਹਸਪੀਟਲ ਆਈ ਪੋਸਟਮਾਰਟਮ ਵਾਸਤੇ ਉਹਦੇ ਹੱਥ ਪਿੱਛੇ ਬੰਨੇ ਹੋਏ ਸੀ ਔਰ ਗੋਲੀਆਂ ਨਾਲ ਉਹਦੀ ਮੌਤ ਹੋਈ ਜੀ। ਬਲਕਿ ਉਹ ਸ਼ਾਪ ਜ਼ਹਿਰ ਹੁੰਦਾ ਕਿ ਲੋਕਾਂ ਨੂੰ ਦੇ ਹੱਥ ਬੰਨ ਕੇ ਉਸ ਤੋਂ ਬਾਅਦ ਗੋਲੀਆਂ ਚਲਾ ਚਲਾ ਕੇ ਉਹਨਾਂ ਨੂੰ ਮਾਰਿਆ। ਹਾਂਜੀ ਹਾਂਜੀ ਹਾਂਜੀ। ਤਾਂ ਕਰਕੇ ਹੋਰ ਵੀ ਉਹ ਬਹੁਤ ਜ਼ਿਆਦਾ ਸਰਕਾਰ ਦੇ ਇਸ ਤਸ਼ੱਦਦ ਜੋ ਹੁੰਦਾ ਉਹ ਰਿਪੋਰਟ ਦੇ ਜ਼ਹਿਰ ਹੁੰਦਾ ਸੀ। ਇਸ ਕਰਕੇ ਇਹਨਾਂ ਨੇ ਈਵਨ ਜਸਟਿਸ ਤਾਰਕੁੰਡੇ ਵਰਗੇ ਬੰਦੇ ਨੂੰ ਉਦੋਂ ਅਰੈਸਟ ਕਰਨ ਲੱਗੇ, ਉਦੋਂ ਜਦੋਂ ਕੇਸ ਚੱਲ ਰਿਹਾ ਸੀ ਉਹਦੇ ਨਾਲ ਉਹ ਐਂਟੀ ਪੰਚੋਲੀ ਤੇ ਸੁਜਿੰਦਰ ਹੁਜਾ ਐਡਵੋਕੇਟ ਉਹਨਾਂ ਨੂੰ ਅਰੈਸਟ ਕੀਤਾ ਜੀ। ਉਦੋਂ ਉਸ ਕੇਸ 'ਚ ਮੈਂ ਇਨਵੋਲਵ ਸੀ ਜੀ ਜੀ ਟਾਈਮ ਜੀ ਜੀ। ਉਹ ਰਿਪੋਰਟ ਵੀ ਜਿਹੜਾ ਸਰੋਤਿਆਂ ਨੂੰ ਦੇਖਣੀ ਚਾਹੀਦੀ ਹੈ, ਹੁਣ ਅੱਜ ਕੱਲ੍ਹ ਅਵੇਲੇਬਲ ਨਹੀਂ ਹੈ ਜੀ ਜੀ। ਮੈਂ ਐਚ ਈ ਪੀ ਸੀ ਨੂੰ ਰਿਕੁਐਸਟ ਕੀਤੀ ਸੀ ਵੀ ਸਾਰੇ ਐਚ ਈ ਪੀ ਸੀ ਨੂੰ ਕਹੋ ਜੀ ਉਹਨੂੰ ਦੂਜੀ ਵਾਰੀ ਛੁੱਟਿਆ ਜਾਵੇ। ਠੀਕ ਹੈ ਠੀਕ ਹੈ। ਉਹ ਮੈਂ ਦੇਖਿਆ ਉਹ ਫੁਲਕਾ ਸਾਹਿਬ, ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਲਾਸ਼ ਦੀ, ਉਹਦੇ ਹੱਥ ਪਿੱਛੇ ਬੰਨੇ ਹੋਏ, ਉਹਦੇ ਵਿੱਚ ਇੱਕ ਹੋਰ ਬੜਾ ਇੰਟਰਸਟਿੰਗ ਲਿਖਿਆ ਸੀ, ਟੈਰਰਿਸਟ ਏਜਡ ਅਬਾਊਟ 2 ਮੰਥਸ। ਹੁਣ ਡਾਕਟਰ ਨੂੰ ਕੀ ਪਤਾ ਹੈ ਕਿ ਕੋਈ 2 ਮਹੀਨੇ ਦੀ ਲਾਸ਼ ਹੈ ਅਤੇ ਉਹ ਟੈਰਰਿਸਟ ਹੈ? ਇਸ ਤਰ੍ਹਾਂ ਦੇ ਜਿਹੜੇ ਉਹ ਰਿਪੋਰਟਸ, ਮੈਡੀਕਲ ਰਿਪੋਰਟਸ, ਅਟੋਪਸੀ ਰਿਪੋਰਟਸ ਬੜੀਆਂ ਹੈਰਾਨਕੁਨ ਕਰਨ ਵਾਲੀਆਂ ਹੈ ਜੀ। ਜਸਟਿਸ ਵੀ ਐਮ ਤਾਰਕੁੰਡੇ ਦੀ ਰਿਪੋਰਟ ਜਿਹੜੀ ਸੀ ਜੀ, ਜਸਟਿਸ ਤਾਰਕੁੰਡੇ ਦੀ ਜੀ 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 ਜੀ। ਪੰਜਾਬ ਦੇ ਮਾਹੌਲ ਠੀਕ ਨੇ, ਸੁਪਰੀਮ ਕੋਰਟ ਆ ਗਏ। ਹਾਂਜੀ। ਸੁਪਰੀਮ ਕੋਰਟ ਕਾਫੀ ਦੇਰ ਲੜਨ ਤੋਂ ਬਾਅਦ ਜਾ ਕੇ 1990 ਦੇ ਵਿੱਚ ਕੇਸ ਆ ਕੇ ਦਿੱਲੀ ਹਾਈ ਕੋਰਟ ਦੇ ਚੱਕਰ ਗਿਆ ਜੀ। ਉਸ ਤੋਂ ਮਗਰੋਂ ਕੇਸ ਦਿੱਲੀ ਹਾਈ ਕੋਰਟ ਚੱਕ ਪਿਆ ਜੀ, ਤੇ ਉਹ ਜਲੰਧਰ ਦੇ ਐਡਵੋਕੇਟ ਸਨ ਮਿਸਟਰ ਸੂਦ ਜੀ, ਉਹ ਇਹ ਨੂੰ ਹੈਂਡਲ ਕਰ ਰਹੇ ਸੀ। ਅਨਫੋਰਚੂਨੇਟਲੀ ਉਹਨਾਂ ਦਾ ਚਰਨਾ ਕਰ ਗਏ ਸਾਲ ਤੋਂ ਪਹਿਲਾਂ ਜੀ, ਸਾਲ ਤੋਂ ਵੀ ਇਹ ਕੇਸ ਮੇਰੇ ਕੋਲ ਆਇਆ ਉਦੋਂ ਮੈਂ ਕਰ ਰਿਹਾ ਜੀ। ਔਰ ਇਹਦੇ ਚ ਟੋਡਾ ਸਾਹਿਬ ਦੀ ਸਾਰੀ ਸਟੇਟਮੈਂਟ ਵੀ ਰਿਕਾਰਡ ਹੋਈ ਜੀ, ਔਰ ਉਸ ਤੋਂ ਮਗਰੋਂ ਜੱਜ ਨੇ ਇਹ ਫੈਸਲਾ ਕੀਤਾ ਇਹਦੇ ਬਾਰੇ, ਕਿਉਂਕਿ ਕੋਰਟ ਫੀ ਦੇ ਉੱਤੇ ਇਸ਼ੂ ਚੱਲ ਰਿਹਾ ਇਹਦੇ ਤੇ, ਕਿ ਐਸ ਜੀ ਪੀ ਸੀ ਨੇ ਕਿਹਾ ਕਿ ਬਿਨਾਂ ਕੋਰਟ ਫੀ ਪੇ ਕੀਤੇ ਹੋਏ ਇਹ ਕੇਸ ਚੱਲਣਾ ਚਾਹੀਦਾ ਜੀ। ਹਾਂ, ਔਰ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕੋਰਟ ਫੀ ਪਹਿਲਾਂ ਪੇ ਕਰੋ, ਹਾਲੇ ਇਹ ਕੇਸ ਕੰਟੇਨੇਬਲ ਹੀ ਨਹੀਂ ਹੈ। ਹਾਂਜੀ। ਔਰ ਹੁਣ ਜਦੋਂ ਮੈਂ ਇਹਦੇ ਚ ਆਇਆ ਤਾਂ ਉਸ ਟਾਈਮ ਇਹਨਾਂ ਨੇ ਫੈਸਲਾ ਕਰ ਦਿੱਤਾ ਸੀ ਕੋਰਟ ਨੇ ਜੀ, ਐਸ ਜੀ ਪੀ ਸੀ ਨੂੰ ਕੋਰਟ ਵੀ ਪੇ ਕਰਨੀ ਚਾਹੀਦੀ। ਹਾਂਜੀ। ਕਿਉਂਕਿ ਇੱਥੇ ਉਹਨਾਂ ਨੇ ਆ ਕੇ ਐਫ ਡੀ ਦੀਆਂ ਡਿਟੇਲ ਦੇ ਦਿੱਤੀਆਂ ਕਿ 22 ਕਰੋੜ ਦੀ ਐਫ ਡੀ ਐਸ ਉਹਨਾਂ ਕੋਲੇ, ਐਸ ਜੀ ਪੀ ਸੀ ਕੋਲੇ ਔਰ ਹੋਰ ਵੀ ਕਈ ਐਫ ਡੀ ਨੇ ਇਹਨਾਂ ਕੋਲੇ, ਕਿ ਇਹਨਾਂ ਦੇ ਕੋਲੇ ਮੀਨਸ ਹੈਗੇ ਨੇ ਜੀ ਕੋਰਟ ਫੀ ਪੇ ਕਰਨ ਦੇ ਜੀ। ਫਿਰ ਕੋਰਟ ਫੀ ਪੇ ਕਰਨ ਦਾ ਇਹ ਹੁੰਦਾ ਕਿ ਜੇ ਕਿਸੇ ਕੋਲੇ ਉਹ ਕੋਰਟ ਫੀ ਪੇ ਕਰਨ ਦੇ ਮੀਨਸ ਨਾ ਹੋਣ ਜੀ, ਤਾਂ ਉਹ ਮੁਕੱਦਮਾ ਬਿਨਾਂ ਕੋਰਟ ਫੀ ਪੇ ਕੀਤੇ ਚੱਲਦਾ ਜੀ ਜੀ। ਤੇ ਉਹ ਕੋਰਟ ਨੇ ਆਰਡਰ ਕਰ ਦਿੱਤਾ ਸੀ ਕਿ 10 ਕਰੋੜ ਰੁਪਇਆ ਕੋਰਟ ਫੀ ਇੱਥੇ ਲੱਗੇਗੀ 1000 ਦੇ ਉੱਤੇ। ਹਾਂਜੀ। ਤਾਂ ਤੁਸੀਂ ਉਹ ਪੇ ਕਰੋ ਜੀ। ਉਦੋਂ ਜੀ ਪੀ ਸੀ ਕੋਲੇ ਸਿਰਫ ਇਹ ਆਪਸ਼ਨ ਸੀ, ਜਾਂ ਤਾਂ ਤੁਸੀਂ 10 ਕਰੋੜ ਪੇ ਕਰਕੇ ਕੇਸ ਨੂੰ ਚਲਾਓ, ਨਹੀਂ ਫਿਰ ਉਹਨੂੰ ਅਮੈਂਡ ਕਰਕੇ ਹਾਂਜੀ ਹਰਜਾਨੇ ਨੂੰ ਘਟਾਓ ਜੀ, ਜਿਹੜਾ ਹਰਜਾਨਾ 1000 ਕਰੋੜਾ ਉਸਨੂੰ ਘਟਾਓ। ਹਾਂਜੀ। ਅੱਛਾ, ਦੂਸਰਾ ਨਾਲ ਦੀ ਨਾਲ ਇਹਦੀ ਮੈਂਟੇਨੇਬਿਲਟੀ ਵੀ ਨਹੀਂ ਫੈਸਲਾ ਹੋਇਆ। ਹਾਂਜੀ। ਇਹ ਸੂਟ ਮੈਂਟੇਨੇਬਲ ਹੈ ਕਿ ਨਹੀਂ ਹੈ ਜੀ, ਇਹ ਸਰਕਾਰ ਦੇ ਖਿਲਾਫ ਚੱਲ ਵੀ ਸਕਦੀ ਹੈ ਕਿ ਨਹੀਂ ਚੱਲ ਸਕਦੀ ਜੀ, ਇਹ ਇਸ਼ੂ ਸੀ। ਅੱਛਾ, ਦੂਸਰਾ ਜਿਹੜਾ ਤੁਸੀਂ ਪੁੱਛਿਆ ਕਿ ਇਹਦੇ 'ਚ ਕੋਈ ਹੋਰ ਵੀ ਚੀਜ਼ ਹੈ, ਉਹ ਨਾਲ ਇਹਨਾਂ ਨੇ ਮਾਫ਼ੀ ਕਿਹਾ ਪਰ ਮਾਫ਼ੀ ਮੰਗੀ। ਹਾਂਜੀ। ਕਿ ਜਿਸ ਤਰੀਕੇ ਨਾਲ ਇਹ ਸਾਰਾ ਸਰਕਾਰ ਨੇ ਕੀਤਾ ਸਾਰਾ ਜੀ, ਕਾਂਗਰਸ ਕੋਲੋਂ ਮਾਫ਼ੀ ਮੰਗੀ ਜੀ ਜੀ, ਇਹ ਪ੍ਰੇਸ ਜੀ ਜੀ ਜੀ। ਹੁਣ ਜਦੋਂ ਸਾਲ ਹੋਇਆ ਜਦੋਂ ਮੈਂ ਇਸ ਕੇਸ ਵਿੱਚ ਆਇਆ ਤੇ ਮੈਂ ਉਸ ਤੋਂ ਬਾਅਦ ਆ ਕੇ ਇਸ ਦੇ ਅਗੇਂਸਟ ਅਪੀਲ ਫਾਈਲ ਕੀਤੀ। ਹਾਂਜੀ। ਕਿ
ਜਿਹੜੀ ਗੱਲ ਤਾਂ ਇਹ ਜੋ ਕਿਹਾ ਗਿਆ ਕਿ ਇਹ ਸਪੋਰਟ ਫੀ ਪੇ ਕਰੋ ਤੇ ਇਹ ਗੱਲ ਗਲਤ ਤੇ ਦੂਸਰਾ ਜਿਹੜਾ ਮੇਨਟੇਨੇਬਲ ਹੈ ਕਿ ਨਹੀਂ ਹੈ ਜੀ ਇਹਦੀ ਮੇਨਟੇਨੇਬਿਲਟੀ ਦਾ ਫੈਸਲਾ ਪਹਿਲਾਂ ਕੀਤਾ ਜਾਵੇ ਹਾਂਜੀ ਹਾਂਜੀ ਸਪੋਰਟ ਫੀ ਪੇ ਕਰਨ ਤੋਂ ਪਹਿਲਾਂ ਤੁਸੀਂ ਇਹ ਫੈਸਲਾ ਕਰੋ ਕਿ ਮੇਨਟੇਨੇਬਲ ਹੈ ਹਾਂਜੀ ਅਗਰ ਸਪੋਰਟ ਮੇਨਟੇਨੇਬਲ ਹੈ ਹਾਂਜੀ ਤਾਂ ਕਿੱਦਾਂ ਅਸੀਂ ਸਪੋਰਟ ਫੀ ਪੇ ਕਰੀਏ ਬਿਲਕੁਲ 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 ਫਿਰ ਉਹ ਐਜੀਪੀਸੀ ਫੈਸਲਾ ਕਰੇਗੀ ਕਿ 10 ਕਰੋੜ ਪੇ ਕਰਨੀ ਹੈ ਜਾਂ ਉਹਦਾ ਹਰਜਾਨਾ 1000 ਕਰੋੜ ਤੋਂ ਘਟਾ ਕੇ ਜੀ ਫਿਰ ਉਹਦੇ ਤੇ ਫਿਰ ਪੇ ਕਰਨਾ ਜੀ 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 ਤੇ ਫੁਲਕਾ ਸਾਹਿਬ ਤੁਹਾਡੀ ਕਾਬਲੀਅਤ ਤੁਹਾਡੀ ਲਿਆਕਤ ਇਸ ਕੇਸ ਨੂੰ ਜਿਵੇਂ ਤੁਸੀਂ ਹੈਂਡਲ ਕਰ ਰਹੇ ਹੋ ਇਹਦੇ ਵਿੱਚ ਇਸ਼ੂ ਕੋਰਟ ਫੀਸ ਦਾ ਮੇਨਟੇਨੇਬਿਲਿਟੀ ਦਾ ਔਰ ਇਹ ਜਿੰਨੇ ਇਸ਼ੂ ਹੈ ਉਸ ਨੂੰ ਭਾਵੇਂ ਉਹ ਪ੍ਰੋਪਰ ਡਿਕਲੇਅਰ ਕਰਾ ਕੇ ਪਰ ਉਹ ਸਾਰਾ ਕੁਛ ਨਾ ਕਰਦਿਆਂ ਹੋਇਆਂ ਪਰ ਜੇਕਰ ਇਤਨਾ ਅਹਿਮ ਔਰ ਮਹੱਤਵਪੂਰਨ ਕੇਸ ਹੈ ਪਰ ਆਮ ਲੋਕਾਂ ਵਿੱਚ ਇਸ ਦੇ ਪ੍ਰਤੀ ਕਿਉਂ ਉਦਾਸੀਨਤਾ ਜਾਂ ਜਾਗਰੂਕਤਾ ਨਹੀਂ ਹੈ ਕਿਸੇ ਨੂੰ ਪਤਾ ਵੀ ਨਹੀਂ ਬਹੁਤਾ ਜਾਂ ਨਾ ਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾ ਹੀ ਕਿਸੇ ਨੇ ਇਸ ਦੇ ਉੱਤੇ ਕਦੀ ਕਮੈਂਟ ਕੀਤੇ ਇਹ ਚੁੱਪ ਚੁਪੀਤੇ ਇਹ ਸਾਰਾ ਕੰਮ ਕਿਉਂ ਹੋਇਆ ਹੈ ਦੇਖੋ ਇਹ ਤਾਂ ਇਹਦੇ ਬਾਰੇ ਤਾਂ ਮੈਂ ਨਹੀਂ ਕੁਛ ਕਹਿ ਸਕਦਾ ਜੀ ਇਹਦਾ ਹੁਣ ਜਾਂ ਤਾਂ ਐਜੀਪੀਸੀ ਦੱਸ ਸਕਦੀ ਹੈ ਤੇ ਜਾਂ ਮੀਡੀਆ ਦੱਸ ਸਕਦਾ ਹਾਂ ਨਹੀਂ ਮੀਡੀਆ ਵੀ ਬਿਲਕੁਲ ਉਸਨੇ ਕੋਈ ਇਹਦੇ ਤੇ ਧਿਆਨ ਨਹੀਂ ਦਿੱਤਾ ਮੈਂ ਮੀਡੀਆ ਦੀ ਗੱਲ ਕਰ ਰਿਹਾ ਜਾਂ ਆਮ ਸੰਗਤ ਜਿਵੇਂ ਤੁਸੀਂ ਤਾਰਕੁੰਡੇ ਰਿਪੋਰਟ ਕਹੀ ਜਾਂ ਹੋਰ ਵੀ ਰਿਪੋਰਟਸ ਆਈਆਂ ਸੀ ਉਹ ਸਾਰੀਆਂ ਲੋਕਾਂ ਦੀ ਨੌਲੇਜ 'ਚ ਹੈ ਪਰ ਇਸ ਦੇ ਬਾਅਦ ਇਹ ਇਤਨਾ ਅਹਿਮ ਕੇਸ ਹੈ ਔਰ ਜਿਹੜਾ ਮਤਲਬ ਇਹਦੇ ਵਿੱਚ ਖਾਸ ਕਰਕੇ ਟੋੜਾ ਸਾਹਿਬ ਨੇ ਜਿਹੜਾ ਉਹ ਬਿਆਨ ਦਿੱਤਾ ਹੈ ਜਿਹੜੇ ਰਿਕਾਰਡ ਕਰਾਏ ਹੈ ਉਹਦੇ ਵਿੱਚ ਇਤਨਾ ਕੁਛ ਉਹਨਾਂ ਨੇ ਪੂਰਾ ਇਤਿਹਾਸ ਦੱਸ ਦਿੱਤਾ ਸਿੱਖ ਕੌਮ ਦਾ ਇਤਿਹਾਸ ਹਰਿਮੰਦਰ ਸਾਹਿਬ ਦਾ ਇਤਿਹਾਸ ਉਹ ਸਾਰਾ ਉਹ ਤਾਂ ਇੱਕ ਬਹੁਤ ਹੀ ਕਮਾਲ ਦਾ ਦਸਤਾਵੇਜ਼ ਹੈ ਜੇਕਰ ਇਹ ਕੇਸ ਕਾਨੂੰਨੀ ਨੁਕਤਿਆਂ ਦੇ ਕਰਕੇ ਫੀਸ ਕਰਕੇ ਅਗਰ ਰਿਜੈਕਟ ਹੋ ਜਾਂਦਾ ਕੀ ਇਹ ਕੌਮ ਦੇ ਲਈ ਇੱਕ ਬੜੀ ਨਮੋਸ਼ੀ ਔਰ ਬਦਕਿਸਮਤੀ ਨਹੀਂ ਕਹੀ ਜਾਏਗੀ ਦੇਖੋ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਜੀ ਫੀਸ ਵੀ ਪੇ ਹੋਈ ਕੱਲਾ ਉਹਦੇ ਬੇਸ ਤੇ ਤਾਂ ਨਹੀਂ ਹੋਣਾ ਚਾਹੀਦਾ ਜੀ ਜੇ ਮੇਨਟੇਨੇਬਿਲਟੀ ਦਾ ਇਸ਼ੂ ਦਾ ਡਿਸਾਈਡ ਹੋਣਾ ਚਾਹੀਦਾ ਨਾ ਹਾਂਜੀ ਬਿਲਕੁਲ ਕਰਕੇ ਹੁਣ ਜਦੋਂ ਅਪੀਲ ਅਸੀਂ ਪੈਂਡਿੰਗ ਕੀਤੀ ਹੋਈ ਹੈ ਜੀ ਅਪੀਲ ਦੇ ਵਿੱਚ ਜਿਹੜਾ ਪੈਂਡਿੰਗ ਪਿਆ ਹੈ ਕਿ ਕੋਰਟ ਇਹ ਫੈਸਲਾ ਕਰੇ ਕਿ ਇਹ ਮੇਨਟੇਨੇਬਲ ਹੈ ਕਿ ਨਹੀਂ ਹੈ ਹਾਂਜੀ ਹਾਂਜੀ ਪੇ ਕਰਨ ਦਾ ਜਿਹੜਾ ਇਸ਼ੂ ਆ ਉਹ ਤੋਂ ਬਾਅਦ ਲਿਆ ਜਾਵੇ ਠੀਕ ਹੈ ਠੀਕ ਹੈ ਤੁਸੀਂ ਪੇ ਕਰਦੇ ਹੋ ਜੀ 10 ਕਰੋੜ ਰੁਪਇਆ ਪੇ ਕਰਦੇ ਹੋ ਹਾਂਜੀ ਪੇ ਕਰਨ ਤੋਂ ਬਾਅਦ ਉਸ ਤੋਂ ਬਾਅਦ ਕੋਰਟ ਕਹਿੰਦੇ ਕਿ ਤਾਂ ਮੇਨਟੇਨੇਬਲ ਨਹੀਂ ਹੈ ਹਾਂਜੀ ਹਾਂਜੀ ਤਾਂ ਨਹੀਂ ਨਾ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਨਹੀਂ ਨਹੀਂ ਇਹ ਤਾਂ ਤੁਸੀਂ ਹੁਣ ਕੋਸ਼ਿਸ਼ ਕਰਕੇ ਜਿਹੜੀ ਅਪੀਲ ਐਪੀਲੇਟ ਕੋਰਟ ਦੇ ਵਿੱਚ ਪਈ ਹੈ ਇਸੇ ਕਰਕੇ ਅਸੀਂ ਮੈਂ ਕੀਤੀ ਜੀ ਉਹ ਉੱਥੇ ਅਸੀਂ ਪੈਂਡਿੰਗ ਪਈ ਹੈ ਸੁਣਵਾਈ ਦੇ ਉੱਤੇ ਆਈ ਹੋਈ ਹੈ ਠੀਕ ਹੈ ਫੁਲਕਾ ਸਾਹਿਬ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਅਖੀਰ ਦੇ ਵਿੱਚ ਉਸ ਦੇ ਬਾਅਦ ਫਿਰ 2 ਕੁ ਮਿੰਟ ਹੋਰ ਆਪਣਾ ਗੱਲ ਕਰਾਂਗੇ ਤੁਸੀਂ ਕਿਰਪਾ ਕਰਕੇ ਲਾਈਨ 'ਤੇ ਰਹਿਣਾ ਅਤੇ ਇਸ ਤੋਂ ਬਾਅਦ ਅਸੀਂ ਅਗਲੇ ਵਕਫੇ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਹਾਂ ਫਿਰ ਆਪ ਨਾਲ ਇਸ ਦੇ ਉੱਤੇ ਅੱਗੇ ਚਰਚਾ ਜਾਰੀ ਰੱਖਾਂਗੇ ਇੱਕ ਵਕਫਾ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ ਕੌਮ ਦੇ ਲਈ ਸਭ ਤੋਂ ਅਹਿਮ ਮਸਲਾ ਕੌਮ ਦੀ ਰੂਹੇ ਰਵਾਂ ਉਸ ਦੀ ਜਿੰਦ ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ 1984 ਵਿੱਚ ਹੋਏ ਘੱਲੂਘਾਰੇ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਨੇ ਇੱਕ ਮੁਕੱਦਮਾ ਪੰਜਾਬ ਦੇ ਵਿੱਚ ਦਾਖਲ ਕੀਤਾ ਭਾਰਤ ਸਰਕਾਰ ਦੇ ਖਿਲਾਫ਼ 1000 ਕਰੋੜ ਹਰਜਾਨੇ ਦਾ ਉਹ ਮੁਕੱਦਮਾ ਕਾਫੀ ਦੇਰ ਚੱਲਦਾ ਰਿਹਾ ਸੁਪਰੀਮ ਕੋਰਟ ਵਿੱਚ ਤਬਦੀਲ ਹੋਇਆ ਉਹਦੇ ਬਾਅਦ ਆਖਰ ਵਿੱਚ ਦਿੱਲੀ ਹਾਈ ਕੋਰਟ ਵਿੱਚ ਉਹ ਕੇਸ ਆ ਗਿਆ ਹੁਣ ਉਸ ਦੇ ਵਿੱਚ ਜਿਹੜੀ ਸਟੇਜ ਹੈ ਜਾਂ ਤਾਂ ਉਹਦੀ ਫੀਸ 22 ਕਰੋੜ ਹੋਏਗੀ ਪੰਜਾਬ ਮੁਤਾਬਕ ਜਾਂ ਦਿੱਲੀ ਮੁਤਾਬਕ 10 ਕਰੋੜ ਹੋਏਗੀ ਸੂਟ ਮੇਨਟੇਨੇਬਲ ਹੈ ਵੀ ਹੈ ਕਿ ਨਹੀਂ ਉਸ ਕੇਸ ਨੂੰ ਸਰਦਾਰ HS ਫੂਲਕਾ ਸੀਨੀਅਰ ਐਡਵੋਕੇਟ ਜਿਹੜੇ ਸੁਪਰੀਮ ਕੋਰਟ ਦੇ ਹਨ ਉਹ ਕੇਸ ਨੂੰ ਲੜ ਰਹੇ ਹਨ ਉਹ ਇਸ ਕੇਸ ਨਾਲ ਪੂਰੀ ਤਰ੍ਹਾਂ ਵਾਕਫ ਹਨ ਅਤੇ ਫੁਲਕਾ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਬਾਅਦ ਕੀ ਕਰਨਾ ਚਾਹੀਦਾ ਅਤੇ ਕੀ ਹੋਏਗਾ ਸਾਨੂੰ ਆਮ ਸਿੱਖ ਇਹਦੇ ਲਈ ਕੁਛ ਕਰ ਸਕਦਾ ਜਾਂ ਸ਼੍ਰੋਮਣੀ ਕਮੇਟੀ ਇਹਦੇ ਲਈ ਕੀ ਕਰ ਸਕਦੀ ਹੈ ਜਾਂ ਕੇਵਲ ਉਹ ਵਕੀਲਾਂ ਨੇ ਅਤੇ ਕੋਰਟ ਨੇ ਹੀ ਕਰਨਾ ਜਾਂ ਸਿਰਫ ਮਾਮਲਾ ਅਦਾਲਤ ਔਰ ਵਕੀਲਾਂ ਦੇ ਵਿਚਕਾਰ ਹੈ ਦੇਖੋ ਇਸ ਟਾਈਮ ਤਾਂ
ਜਿਹੜਾ ਮਾਮਲਾ ਹੈ ਵਕਾਲਤ ਔਰ ਵਕੀਲਾਂ ਦੇ ਵਿਚਕਾਰ ਹੀ ਹੈ ਜਿਹੜਾ ਕਹਿ ਰਹੇ ਹਾਂ ਕਿ ਵੀ ਫੈਸਲਾ ਕਰੋ ਜੀ ਕਿ ਇੱਕ ਸੂਟ ਮੇਨਟੇਨੇਬਲ ਹੈ ਕਿ ਨਹੀਂ ਹੈ ਪਹਿਲਾਂ ਇਹਦਾ ਫੈਸਲਾ ਕਰੋ ਤੇ ਉਸ ਤੋਂ ਬਾਅਦ ਤੇ ਕੋਰਟ ਫੀ ਦੀ ਗੱਲ ਹੋਵੇ ਜੀ ਕਹਿੰਦੇ ਆ ਕਿ ਜੋ ਕੋਰਟ ਫੀ ਦੀ ਗੱਲ ਹੋ ਗਈ ਉਸ ਤੋਂ ਬਾਅਦ ਇੱਕ ਜਿਹਦਾ ਹੀ ਟਾਈਮ ਮਿਲੇਗਾ ਜੀ ਉਹਨੂੰ ਕੌਮ ਨੇ ਤੇ ਐਜੀਪੀਸੀ ਪਹਿਲਾਂ ਇਹ ਫੈਸਲਾ ਕਰਕੇ ਰੱਖੇ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਬਿਲਕੁਲ ਠੀਕ ਹੈ ਅਸੀਂ 1000 ਕਰੋੜ ਦੀ ਕੋਠੀ ਪੇ ਕਰਨੀ ਹੈ ਜਾਂ ਅਸੀਂ ਇਹਨੂੰ ਪਰਜਾਨੇ ਨੂੰ ਘਟਾਣਾ ਜੀ 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 ਜੋ ਕਈ ਲੋਕਾਂ ਦੇ ਵਿੱਚ ਸ਼ੁਰੂ ਤੋਂ ਵਿਚਾਰ ਸੀਗਾ ਕਿ ਇਹਨੂੰ ਨੋਮੀਨਲ ਰੱਖੋ ਹਾਂਜੀ ਫਲੋ ਜੀ ਜਿਹੜੇ ਮਾਫੀ ਮੰਗਣਾ ਉਹ ਮੇਨ ਚੀਜ਼ ਰੱਖੋ ਹਾਂਜੀ ਜਾਨੇ ਨੂੰ ਤੁਸੀਂ ਨੋਮੀਨਲ ਤੇ ਰੱਖੋ ਜਿਵੇਂ ਜਿਵੇਂ ਕੋਈ 100 ਕਰੋੜ ਰੱਖ ਲਓ ਜਾਂ ਕੋਈ ਇਸ ਤਰ੍ਹਾਂ ਰੱਖ ਲਓ ਹਾਂ ਨੋਸ਼ਨਲ ਜੀ ਜੀ ਤੇ ਉਹ ਸਾਰਾ ਫੈਸਲਾ ਕੌਮ ਨੇ ਕਰਨਾ ਜੀ ਇੱਕ ਹੁਣ ਕੌਮ ਤੇ ਜੇ ਤੁਸੀਂ ਰੋਲ ਹੋ ਗਏ ਇੱਕ ਕੌਮ ਤੇ ਐਜੀਪੀਸੀ ਇਹ ਫੈਸਲਾ ਕਰ ਰੱਖੇ ਜੀ ਕਿ ਅਸੀਂ ਕੀ ਕਰਨਾ ਕਿਉਂਕਿ ਉਸ ਤੋਂ ਬਾਅਦ ਸਿਰਫ ਇੱਕ ਮਹੀਨੇ ਦਾ ਹੀ ਟਾਈਮ ਮਿਲੇਗਾ ਮਹੀਨੇ ਦੇ ਵਿੱਚ ਵਿੱਚ ਫੈਸਲਾ ਕਰਨਾ ਪੈਣਾ ਠੀਕ ਹੈ ਇਹ ਗੱਲ ਐਜੀਪੀਸੀ ਨੂੰ ਕਹੀ ਹੋਈ ਆ ਹਾਂਜੀ ਉਹ ਆਪਣੇ ਐਗਜ਼ੀਕਟਿਵ ਦੇ ਵਿੱਚ ਜਾਂ ਪਹਿਲਾਂ ਇਹ ਵਿਚਾਰ ਕਰ ਰੱਖਣ ਜੀ ਕਿ ਅਸੀਂ ਕੀ ਕਰਨਾ ਕਿਉਂਕਿ ਇੱਕਦਮ ਉਸ ਤੋਂ ਬਾਅਦ ਕਰਨਾ ਪੈਣਾ ਜੀ 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 ਅਤੇ ਅਖੀਰ 'ਚ ਇੱਕ ਸਵਾਲ ਮਤਲਬ ਸਵਾਲ ਨਹੀਂ ਹੈ ਇੱਕ ਸੁਜੈਸ਼ਨ ਸੀ ਕਿਉਂਕਿ ਜਿਵੇਂ ਆਪਨੇ ਵੇਖਿਆ ਕਿ ਪ੍ਰਧਾਨ ਸਾਹਿਬ ਨਾਲ ਵੀ ਇਹਨਾਂ ਗੱਲ ਕੀਤੀ ਹੈ ਇਸ ਬਾਰੇ ਕਿ ਜਿਹੜਾ ਲੌਂਗੋਵਾਲ ਅਕਾਰਡ ਦੇ ਵਿੱਚ ਪਹਿਲੀ ਮਾਦੀ ਇਹ ਸੀ ਕਿ ਭਾਰਤ ਸਰਕਾਰ ਕੋਈ ਵੀ ਅਗਰ ਬਲਿਊ ਸਟਾਰ ਕਰਕੇ ਫੌਜ ਦੀ ਕਾਰਵਾਈ ਕਰਕੇ ਕੁਛ ਅਗਰ ਨੁਕਸਾਨ ਹੋਇਆ ਤਾਂ ਉਸਦੇ ਲਈ ਉਹ ਕੰਪਨਸੇਸ਼ਨ ਦੇਵੇਗੀ ਕੀ ਉਸ ਮਦ ਦੀ ਕੋਈ ਮਦਦ ਲਈ ਜਾ ਸਕਦੀ ਹੈ ਕਾਨੂੰਨੀ ਤੌਰ ਦੇ ਉੱਤੇ ਸਰਕਾਰ ਨੇ ਮੰਨਿਆ ਹੋਇਆ ਉਹ ਫੈਸਲਾ ਔਰ ਚਾਹੇ ਇਹਨਾਂ ਨੇ ਇੰਪਲੀਮੈਂਟ ਪੂਰੀਆਂ ਉਹਦੀਆਂ ਕਲਾਸਿਸ ਨਹੀਂ ਕੀਤੀਆਂ ਹੋਈਆਂ ਜੀ ਜੀ ਪਰ ਉਹ ਵੀ ਸਾਨੂੰ ਹੈਲਪ ਕਰੇਗਾ ਠੀਕ ਹੈ ਠੀਕ ਹੈ ਸੋ ਫੁਲਕਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਗੰਭੀਰ ਔਰ ਕਾਨੂੰਨੀ ਔਰ ਪੇਚੀਦਾ ਮਾਮਲੇ ਨੂੰ ਤੁਸੀਂ ਆਮ ਲੋਕਾਂ ਤੱਕ ਜਾਣਕਾਰੀ ਵਿੱਚ ਲਿਆਂਦਾ ਔਰ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਜਾਂ ਹੋਰ ਵੀ ਜਿਹੜੇ ਇਸ ਨਾਲ ਸੰਬੰਧਿਤ ਹਨ ਉਹ ਇਸ ਮੁਕੱਦਮੇ ਦੀ ਗੰਭੀਰਤਾ ਨੂੰ ਲੈ ਕੇ ਕਿਉਂਕਿ ਇਹ ਮੁਕੱਦਮਾ ਜੋ ਇਸ ਦੇ ਤੱਤ ਹਨ ਉਸ ਦੇ ਉੱਤੇ ਬਹੁਤ ਕੁਛ ਨਿਰਭਰ ਹੈ ਔਰ ਖਾਸ ਕਰਕੇ ਉਹਦੇ ਵਿੱਚ ਜਿਹੜਾ ਟੋੜਾ ਸਾਹਿਬ ਦਾ ਉਹ ਰਿਕਾਰਡ ਹੈ ਜਿਹੜੇ ਉਹਨਾਂ ਨੇ ਸਵਾਲ ਉਠਾਏ ਹਨ ਉਹ ਬਹੁਤ ਹੀ ਗੰਭੀਰ ਹਨ ਉਹਨਾਂ ਨੇ ਸਾਰਾ ਕੁਛ ਉਸ ਵਿੱਚ ਦੱਸਿਆ ਹੈ ਕਿਵੇਂ ਕਿਵੇਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਕਿਸ ਤਰ੍ਹਾਂ ਹੋਈਆਂ ਇਹ ਕਿਉਂ ਸਰਕਾਰ ਨੇ ਕੀਤਾ ਉਹ ਇੱਕ ਬਿਆਨ ਉਹਨਾਂ ਦਾ ਇੱਕ ਬਹੁਤ ਹੀ ਅਹਿਮ ਦਸਤਾਵੇਜ਼ ਹੈ ਸੋ ਤੁਹਾਡਾ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਪਿਆਰੇ ਦਰਸ਼ਕੋ ਇਹ ਸਨ ਸਰ ਐਚ ਐਸ ਫੂਲਕਾ ਜਿਨ੍ਹਾਂ ਨੇ ਸੀਨੀਅਰ ਐਡਵੋਕੇਟ ਹਨ ਔਰ ਕਾਫੀ ਗੰਭੀਰਤਾ ਦੇ ਨਾਲ ਇਸ ਕੇਸ ਨੂੰ ਲੜ ਰਹੇ ਹਨ ਸਿਰਫ ਆਪ ਤੱਕ ਇਹ ਦੱਸਣਾ ਚਾਹੁੰਦੇ ਹਾਂ ਕਿ ਉਸ ਕੇਸ ਦੇ ਵਿੱਚ ਇਹ ਜਿਹੜਾ ਕੇਸ ਹੈ ਇਹ ਜਿਹੜਾ ਮੁਕੱਦਮਾ ਹੈ ਉਹਦੇ ਵਿੱਚ ਟੋੜਾ ਸਾਹਿਬ ਨੇ ਜਿਹੜਾ ਬਿਆਨ ਦਰਜ ਕਰਾਇਆ ਜਿਹੜਾ ਕਿ 4 ਸਾਲ ਦੇ ਲੰਬੇ ਵਕਫੇ ਦੇ ਵਿੱਚ ਕਾਫੀ ਮੀਟਿੰਗਾਂ ਦੇ ਵਿੱਚ ਹੌਲੇ ਹੌਲੇ ਉਹਨਾਂ ਨੇ ਉਹ ਸਾਰਾ ਦਸਤਾਵੇਜ਼ ਸਾਰਾ ਬਿਆਨ ਰਿਕਾਰਡ ਕਰਾਇਆ ਕਿ ਸਰਕਾਰ ਨੇ ਇਹ ਕਿਉਂ ਹਮਲਾ ਕੀਤਾ ਸਰਕਾਰ ਨੂੰ ਕੀ ਲੋੜ ਪੈ ਗਈ ਸੀ ਹਰਿਮੰਦਰ ਸਾਹਿਬ ਕੀ ਹੈ ਹਰਿਮੰਦਰ ਸਾਹਿਬ ਦੀ ਮਰਿਆਦਾ ਕੀ ਹੈ ਸਾਡਾ ਇਤਿਹਾਸ ਕੀ ਹੈ ਸਾਡੀਆਂ ਮੰਗਾਂ ਕੀ ਹਨ ਸਾਡੀਆਂ ਰਾਜਨੀਤਿਕ ਆਰਥਿਕ ਔਰ ਧਾਰਮਿਕ ਕਿਹੜੇ ਮਸਲੇ ਸਨ ਔਰ ਉਹਦੇ ਵਿੱਚ ਉਹਨਾਂ ਨੇ ਉਹਨਾਂ ਸੀਕ੍ਰੇਟ ਮੀਟਿੰਗਾਂ ਦਾ ਵੀ ਹਵਾਲਾ ਦਿੱਤਾ ਹੈ ਜਿਨ੍ਹਾਂ ਮੀਟਿੰਗਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਬਲਵੰਤ ਸਿੰਘ ਸੰਤ ਹਰਚੰਦ ਸਿੰਘ ਲੌਂਗੋਵਾਲ ਪ੍ਰਣਬ ਮੁਖਰਜੀ ਹੋਰ ਸਾਰੇ ਜਿਹੜੇ ਅਹਿਲਕਾਰ ਸਨ ਜਿਹੜੇ ਸਰਕਾਰੀ ਅਫਸਰ ਸਨ ਉਹਨਾਂ ਸਾਰਿਆਂ ਦੇ ਨਾਲ ਉਹ ਜਿਹੜੀਆਂ ਮੀਟਿੰਗਸ ਹੋਈਆਂ ਟੋੜਾ ਸਾਹਿਬ ਨੇ ਉਹਦੇ 'ਚ ਇਹ ਵੀ ਦਰਜ ਕਰਾਇਆ ਉਹਨਾਂ ਮੀਟਿੰਗਾਂ ਦੇ ਵਿੱਚ ਕੀ ਗੱਲਬਾਤ ਹੋਈ ਔਰ ਖਾਸ ਕਰਕੇ ਜਿਹੜਾ ਉਹ ਉਹਨਾਂ ਨੇ ਦੱਸਿਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਸਾਨੂੰ ਸਾਡੇ 'ਤੇ ਤਸ਼ੱਦਦ ਕਿਉਂ ਕੀਤਾ ਤੁਸੀਂ ਕਿਉਂ ਹਰਿਆਣੇ 'ਚ ਸਿੱਖਾਂ ਦੇ ਉੱਤੇ ਤਸ਼ੱਦਦ ਕੀਤਾ ਉਹਨਾਂ ਨੇ ਜੋ ਜਵਾਬ ਦਿੱਤੇ ਉਹ ਕਮਾਲ ਦਾ ਇਤਿਹਾਸ ਦਾ ਇੱਕ ਵਰਕਾ ਹੈ
ਜਿਹੜਾ ਕਿ ਹੋਰ ਕਿਧਰੇ ਵੀ ਦਰਜ ਨਹੀਂ ਹੋਇਆ। ਸਾਨੂੰ ਇੰਤਜ਼ਾਰ ਹੈ ਤੁਹਾਡੀਆਂ ਕਾਲਸ ਦਾ। ਅਸੀਂ ਆਪ ਨਾਲ ਉਸ ਦਸਤਾਵੇਜ਼ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਜਿਹੜਾ ਕਿ ਬਹੁਤ ਹੀ ਕਮਾਲ ਦਾ ਇੱਕ ਇਤਿਹਾਸਕ ਡਾਕੂਮੈਂਟ ਹੈ ਔਰ ਸਹੀ ਮਾਇਨੇ ਦੇ ਵਿੱਚ ਇੱਕ ਵਾਈਟ ਪੇਪਰ ਹੈ। ਸਾਡੀ ਕੋਸ਼ਿਸ਼ ਹੈ ਤੁਹਾਡੀਆਂ ਕਾਲਸ ਲੈ ਕੇ ਤੁਹਾਡੇ ਵਿਚਾਰ ਲਈਏ। ਹੈਲੋ 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 ਹਾਂਜੀ ਵੀਰ ਜੀ, ਕੌਣ ਬੋਲ ਰਹੇ ਹੋ? ਮੈਂ ਗੁਰਚਰਨ ਸਿੰਘ ਪਸੀਨ ਬੋਲ ਰਿਹਾ ਜੀ। ਹਾਂਜੀ ਹਾਂਜੀ ਪਸੀਨ ਸਾਹਿਬ, ਕੀ ਹਾਲ ਹੈ? ਜਿਹੜਾ ਬਿਲੂ ਸਟਾਰ ਵਾਲਾ ਜਿਹੜਾ ਕੇਸ ਹੈ, ਹਾਂਜੀ, 10 ਕਰੋੜ ਰੁਪਇਆ ਕੋਈ ਚੀਜ਼ ਨਹੀਂ ਹੈਗੀ। ਜੇ ਕੇਸ ਵਿੱਚ ਜਾਣ ਹੋਵੇ ਸਾਰੇ ਸਿੱਖ ਉਸ ਨੂੰ ਇਕੱਠਾ ਕਰਕੇ ਦੇ ਸਕਦੇ ਹਨ। ਹਾਂਜੀ 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 ਹਾਂਜੀ, ਨਹੀਂ ਬਹੁਤ ਬਹੁਤ ਗੰਭੀਰ ਹੈ ਗੱਲ ਤਾਂ ਹੈ। ਦੇਖੋ ਕੇਸ ਕਰਨਾ ਟੈਰਿਸਟ ਦਾ, ਪਾਕਿਸਤਾਨ ਟੈਰਿਸਟ ਦਾ ਕੇਸ ਚੱਲਦਾ ਜੀ, ਉਹ ਫਟਾਫਟ ਫੈਸਲਾ ਆ ਜਾਂਦਾ ਜੀ। ਅੱਜ ਇਸ ਨੂੰ 25-26 ਸਾਲ ਹੋ ਗਏ ਤੇ ਇਸ ਦਾ ਅੱਜ ਦਿਨ ਤੱਕ ਫੈਸਲਾ ਨਹੀਂ ਆ ਰਿਹਾ। ਕੋਈ ਗੱਲਬਾਤ ਨਹੀਂ, ਕੁਛ ਨਹੀਂ, ਕੀ ਚੱਕਰ ਹੈ? ਕੀ ਅਦਾਲਤਾਂ ਸਾਡੇ ਮੁਲਕ ਦੀਆਂ, ਕੀ ਅਦਾਲਤਾਂ? ਉਹਦੇ ਵਾਸਤੇ ਸਪੈਸ਼ਲ ਰਿਪੋਰਟ ਬਣ ਜਾਂਦੀ ਹੈ, ਸਭ ਕੁਝ ਹੋ ਜਾਂਦੀ ਹੈ ਟੈਰਿਸਟ ਵਾਸਤੇ, ਤੇ ਪਰ ਸਾਡੇ ਵਾਸਤੇ ਕੁਛ ਨਹੀਂ ਹੁੰਦਾ। ਮੈਂ ਅਦਾਲਤ ਬਾਰੇ ਕੁਛ ਨਹੀਂ ਕਹਾਂਗਾ, ਕੰਟੈਂਪਟ ਆਫ ਕੋਰਟ ਕੋਰਟ ਹੋ ਜਾਏਗੀ। ਜਿਹੜੀ ਗੱਲ ਮੈਂ ਕਹਿ ਰਿਹਾ, ਮੈਂ ਕੋਰਟ ਨੂੰ ਮਤਾ ਸਾਡੇ ਹੁਕਮ ਦੇ ਕੀ ਹੈ, ਸਾਡੀ ਉੱਥੇ ਅਦਾਲਤ ਕੀ ਚੀਜ਼ ਹੈ ਜੀ, ਲਾਅ ਕੀ ਚੀਜ਼ ਹੈ, ਮੈਂ ਤਾਂ ਉਸ ਬਾਰੇ ਗੱਲ ਕਰ ਰਿਹਾ। ਜੀ ਹਾਂ ਜੀ ਹਾਂ ਜੀ ਹਾਂ, ਨਹੀਂ ਕਾਨੂੰਨ ਜਿਹੜਾ ਹੈ ਉਹ ਜਿਵੇਂ ਕਿਹਾ ਜਾਂਦਾ ਨਾ ਕਿ ਕਾਨੂੰਨ ਅੰਨਾ ਹੁੰਦਾ, ਪਰ ਇੱਥੇ ਤਾਂ ਕਾਨੂੰਨ ਲੰਗੜਾ ਵੀ ਹੈ, ਸੋ ਇਹ ਬੜਾ ਸਲੋਅ ਚੱਲਦਾ ਹੈ, ਤੋ ਇਸ ਕਰਕੇ ਇਹਦੇ 'ਤੇ ਕੋਈ ਗਿਲਾ ਨਹੀਂ ਕਰਨਾ ਚਾਹੀਦਾ, ਇਹ ਇਸੇ ਸਪੀਡ ਨਾਲ ਹੀ ਚੱਲਦਾ ਰਹੇਗਾ। ਬਹੁਤ ਬਹੁਤ ਧੰਨਵਾਦ ਪਸੀਨ ਸਾਹਿਬ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਕਾਲਿਕਾ ਹੈ। ਕੌਣ ਬੋਲ ਰਹੇ ਜੀ? ਡਾਕਟਰ ਕਾਲਿਕਾ ਹੈ। ਹਾਂਜੀ ਕਾਲਿਕ ਸਾਹਿਬ, ਹਾਂਜੀ ਜੀ, ਟਾਈਮ ਵਿਸਕਾਨਸਨ ਤੋਂ ਬੋਲ ਰਿਹਾ। ਹਾਂਜੀ ਹਜ਼ੂਰ, ਹੁਕਮ ਕਰੋ। ਹਾਂਜੀ ਜੀ, ਤੁਹਾਡਾ ਸ਼ੋਅ ਬਹੁਤ ਵਧੀਆ ਜੀ, ਆਈ ਰੀਅਲੀ ਇੰਜੋਏਡ ਇਟ ਜੀ। ਤੇ ਉਹਦੇ ਵਿੱਚ ਜਿਹੜੀ ਮੇਨ ਗੱਲ ਕਰਨ ਵਾਲੀ ਇਹ ਸੀ ਵੀ ਟੌੜਾ ਸਾਹਿਬ ਦੀ ਜਿਹੜੀ ਹੈਗੀ ਉਹ ਵਰਡਿੰਗ ਦੀ ਗੱਲ ਕਰਨ ਦੀ, ਬੜਾ ਐਫਰਟ ਹੈਗਾ ਉਸ ਤੋਂ ਕਿਤਾਬ ਛਾਪ ਕੇ ਲੋਕਾਂ ਦੇ ਵਿੱਚ ਕਿਉਂ ਨਹੀਂ ਪਬਲਿਸਾਈਜ਼ ਕੀਤੀ ਜਾਂਦੀ, ਠੀਕ ਹੈ, ਆਮ ਬੰਦੇ ਨੂੰ ਉਹਦੇ ਨੇੜੇ ਪਹੁੰਚਣ ਦਾ ਮੌਕਾ ਮਿਲੇ। ਬਿਲਕੁਲ ਬਿਲਕੁਲ, ਉਹੀ ਮੈਂ, ਸਾਡਾ ਮਕਸਦ ਵੀ ਇਹੀ ਸੀ, ਕਿਉਂਕਿ ਆਮ ਤੌਰ ਦੇ ਉੱਤੇ ਅਖਬਾਰੀ ਬਿਆਨ ਆਉਣੇ ਹੋਰ ਹੁੰਦਾ ਹੈ, ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਲੀਡਰਸ ਆਪਣੇ ਮੈਮੋਇਰਸ ਨਹੀਂ ਲਿਖਦੇ, ਉਹ ਆਪਣੀ ਗੱਲਬਾਤ ਜ਼ਾਹਿਰ ਨਹੀਂ ਕਰਦੇ। ਪਰ ਇੱਥੇ ਟੋੜਾ ਸਾਹਿਬ ਨੇ ਬਹੁਤ ਹੀ ਵਿਸਥਾਰ ਨਾਲ ਇੱਕ ਇੱਕ ਛੋਟੇ ਛੋਟੇ ਨੁਕਤੇ ਨੂੰ ਕਿ ਉਹਦੇ ਵਿੱਚ ਹਰਿਮੰਦਰ ਸਾਹਿਬ ਦਾ ਨਕਸ਼ਾ ਕਿੱਦਾਂ ਦਾ ਹੈ, ਉਹਦੇ 'ਚ ਮਰਿਆਦਾ ਕੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਹਨ, ਕੀ ਅਸਥਾਨ ਹੈ, ਸ੍ਰੀ ਅਕਾਲ ਤਖਤ ਸਾਹਿਬ ਕੀ ਹੈ, ਉਹਦੀ ਮਰਿਆਦਾ ਕੀ ਹੈ, ਸਾਡੇ ਮੀਰੀ ਪੀਰੀ ਦਾ ਸੰਕਲਪ ਕੀ ਹੈ, ਉਹਦੇ ਵਿੱਚ ਬਹੁਤ ਕੁਛ ਹੈ। ਔਰ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਘਟਨਾਵਾਂ ਉਹ ਸਾਰੇ ਵਕਫੇ ਦੌਰਾਨ ਵਾਪਰੀਆਂ, ਜਿਹਦੇ 'ਚ 1975 ਦੀ ਐਮਰਜੈਂਸੀ, ਉਸ ਤੋਂ ਬਾਅਦ ਦੀਆਂ, ਉਹਨਾਂ ਨੇ ਸਾਰਾ ਕੁਛ ਅੰਕਿਤ ਕੀਤਾ। ਤੋ ਉਹ ਬਹੁਤ, ਤੁਹਾਡੀ ਰਾਏ ਬੜੀ ਅੱਛੀ ਹੈ ਕਿ ਉਸ ਨੂੰ ਜ਼ਰੂਰ ਵੱਡੀਆਂ ਵਾਕਾ ਤੁਹਾਨੂੰ ਦੇਣਾ ਚਾਹਨਾ ਮੈਂ ਕਿ ਮੀਡੀਆ ਹਾਲ ਤੱਕ ਇਸ ਤੋਂ ਬੜਾ ਪਾਸੇ ਰਿਹਾ ਜੀ, ਤੇ ਇਹਦੇ ਬਿਲਕੁਲ ਨੇੜੇ ਨਹੀਂ ਲੱਗਿਆ। ਨਹੀਂ ਬਿਲਕੁਲ, ਇਨਵਾਲ ਹੋ ਰਹੇ ਹੋ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਲੰਮਾ ਸਾਹਿਬ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਪਰਮਜੀਤ ਸਿੰਘ ਬੋਲ ਰਿਹਾ ਜੀ। ਹਾਂਜੀ, ਕਿੱਥੋਂ ਵੀਰ ਜੀ? ਮੈਂ ਨਿਊ ਜਰਸੀ ਤੋਂ ਬੋਲ ਰਿਹਾ ਜੀ। ਹਾਂਜੀ ਪਰਮਜੀਤ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਜੀ, ਮਤਲਬ ਤੁਸੀਂ ਮਤਲਬ ਸਾਰਿਆਂ ਦੇ ਸੁਝਾਅ ਲੈਂਦੇ ਹੋ ਮਤਲਬ, ਹੈ ਨਾ ਜੀ? ਹਾਂਜੀ, ਤੇ ਤੁਸੀਂ ਉਹਨਾਂ ਦਾ ਫਿਰ ਜਦੋਂ ਸੁਝਾਅ ਲੈਂਦੇ ਹੋ ਤੇ ਕੀ ਉਹਨਾਂ ਦਾ ਡਿਸੀਜਨ ਕੀ ਦਿੰਦੇ ਹੋ ਤੁਸੀਂ? ਦੇਖੋ ਨਿਰਣਾ ਤੇ ਮੈਂ ਕੋਈ ਜੱਜ ਤੇ ਹੈ ਨਹੀਂ ਨਾ, ਮੈਂ ਕੋਈ ਡਿਸੀਜਨ ਦੇਣਾ ਹੈਗਾ, ਡਿਸੀਜਨ ਤੇ ਜੱਜ ਦਿੰਦਾ। ਮੀਡੀਆ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕੀਤੀ ਜਾਏ, ਔਰ ਤੁਹਾਡੀ ਗੱਲ ਜਿਹੜੇ ਸਾਡੇ ਆਗੂ ਹੈ, ਜਿਹੜੇ ਸਾਡੇ ਕਰਤਾ ਧਰਤਾ ਹੈ, ਉਹਨਾਂ ਤੱਕ ਤੁਹਾਡੀ ਗੱਲ ਪਹੁੰਚਾਈ ਜਾਏ, ਔਰ ਉਹਨਾਂ ਤੱਕ ਉਹ ਗੱਲ ਜ਼ਰੂਰ ਪਹੁੰਚਦੀ ਹੈ। ਔਰ ਇਸ ਕਹੀ ਹੋਈ ਗੱਲ ਦਾ, ਤੁਹਾਡੇ ਵਿਚਾਰਾਂ ਦਾ ਉਹ ਨੋਟਿਸ ਵੀ ਲੈਂਦੇ ਹਨ, ਔਰ ਉਸ ਦੇ ਉੱਤੇ ਉਹ ਗੱਲਬਾਤ ਵੀ ਕਰਦੇ ਹਨ, ਔਰ ਸਹੀ ਮਾਇਨੇ ਦੇ ਵਿੱਚ ਉਹ ਵਿਚਾਰ ਵੀ। ਮੈਂ ਤੁਹਾਨੂੰ ਇੱਕ ਮੈਸੇਜ ਦਵਾਂ, ਤੁਸੀਂ ਮੇਰਾ ਮੈਸੇਜ ਪਜਾਓਗੇ ਫਿਰ ਮਤਲਬ? ਤੁਸੀਂ ਬੋਲੋਗੇ ਤੇ ਨਾਲ ਹੀ ਪਹੁੰਚ ਜਾਏਗਾ ਉਹਨਾਂ ਕੋਲ, ਇਹ ਮੈਂ ਤੁਹਾਨੂੰ ਯਕੀਨ ਦਵਾਉਣਾ। ਤੁਸੀਂ ਦਿਓ ਮੈਸੇਜ ਕੀ ਹੈ? ਉਹ ਵੀ 100
118 वाले गुरुद्वारा साहब तो जो बंदे आते हैं बाबा मक्खन शाह लबाणा उन्होंने मना कर दो अपना मक्खन शाह लबाणा गुरुद्वारा साहब बहुत सोहना चल रहा है मतलब वो आन के इन्हों खराब करते हैं तो इस करके वो जो टीम वर्क जो सारा कुछ खराब हो जे वो आना बंद हो जाए तो एवरीथिंग इज फाइन। मैनू नहीं समझ आती जिहड़ा मुद्दा मैं अज का लै रहा सी उहदा इहदे नाल कोई तल्लक है या नहीं है मैं कुछ कह नहीं सकता पर ठीक है तुहाडे विचार है तुहाडा सुनेहा मैं नहीं बचावांगा तुसीं बचा दिता है बहुत बहुत धन्यवाद तुहाडा शुक्रिया। सो दर्शको समा है एक छोटे जे ब्रेक का साड़ी बेनती है असी मुद्दे ते गल कीता करिए तुहाडियां आपसी अदावतां रंजिशां तुहाडे गिले शिकवे होणगे जरूर उसका निपटारा किया जाए जरूर उसका हल लभ्या जाए गुरमत दे दायरेकार दे अंदर रहिंदिया होया सिख असूलों के अंदर रहिंदिया होया जरूर उसका किया जाए। असी गल सिद्धांतक तौर दे उत्ते कर सकते हैं प्रिंसीपल्स दी कर सकते हाँ और बिना किसी पक्षपात दे असी उसनू करते हैं। तुसी लाइन ते बने रहो तुसी सानू कॉल करो 7187865221 दे उत्ते समा है एक छोटे जे ब्रेक का असी इस प्रोग्राम नू इदां ही जारी रखांगे और तुहाडे विचार असी लवांगे एक वक्फा उहदे बाद मुड़ हाज़र होंगे। जस पंजाबी दे सूझवान दर्शकों का वक्फे दे बाद मुड़ निघा स्वागत है। असी आप नाल उस गंभीर मुद्दे की गल की जिहड़ा कि हरिमंदर साहब दे उत्ते हमले लई 1000 करोड़ का दावा श्रोमणी गुरुद्वारा प्रबंधक कमेटी ने किया 1985 च मुकदमा किया गया और इतने सालों के बाद हाले भी वो किसी पासे नहीं लगा। सरदार एच एस फूलका ने पूरे विस्तार सहित आपको दसिया तुहाडे विचार बहुत ही कीमती हैं 7187865221 दे उत्ते जरूर तुसी विचार दो। हेलो हाँ जी हाँ जी हाँ जी वाहेगुरु जी का खालसा वाहेगुरु जी फतेह जी जड़ा हुण पंजाब दरबार साहब तो प्रोग्राम आ रहा है ए पसीन साहब पसीन साहब बोल रहे हाँ जी हाँ जी पसीन साहब ईटीसी और पीटीसी दे च आपस से मेल मिलाप होके उन्होंने कोई एग्रीमेंट किया जी जेड़ा इंडिया च प्रोग्राम आंदा वो पीटीसी ते आंदा जी जेड़ा साडे इत्थे आंदा अमेरिका च वो ईटीसी च आंदा जिथे पीटीसी लिखा होंदा उन्होंने रिकॉर्डिंग हैगी है उहदे उत्ते दरबार साहब की फोटो या हरिमंदर साहब की लिखा आ जाता ठीक है ते वो फिर ईसी नाल ईटीसी करके ब्रॉडकास्ट कर लैंदे ठीक है जी। तुहाडे जानकारी देण लई बहुत बहुत धन्यवाद नत्था सिंह प्रेम सिंह वन एंड दी सेम थिंग बहुत बहुत शुक्रिया जी। ओके जी वाहेगुरु जी का खालसा वाहेगुरु जी की फतेह। हेलो हाँ जी सत श्रीकाल जी सत श्रीकाल राजकुमार जी की हाल है जी बिल्कुल ठीक ठाक जी तुहाडा प्रोग्राम देख रहे हैं जी जी साहब नाल तुहाडी गलबात जिहड़ी हुई है ओही बड़े ध्यान नाल सुनी मैं जी ते बहुत ही चंगा लगा कि सीनियर एडवोकेट साहब नु तुसी अपने प्रोग्राम विच लै के आए जी ਮੁੱਦਾ ਬੜਾ ਅਹਿਮ ਆ ਤੇ ਇੰਨੇ ਚਿਰ ਤੇ ਹੁਣ ਜਿਹੜੇ 30 ਡੇਜ਼ ਉਹਨਾਂ ਨੇ ਕਹੇ ਆ ਹਾਂਜੀ ਹੁਣ ਤੋਂ ਪ੍ਰੀਪੇਅਰ ਕਿਉਂ ਨਹੀਂ ਹੋ ਜਾਂਦੇ ਕਿ ਅਸੀਂ ਇਕਮੁੱਠ ਹੋ ਕੇ ਇਹ ਫੈਸਲਾ ਜਿਹੜਾ ਆ ਇਹ ਸਾਡਾ ਫੈਸਲਾ ਆ ਹਾਂਜੀ ਹਾਂਜੀ ਤੇ ਹੁਣ 30 ਡੇਜ਼ ਦਾ ਜਿਹੜਾ ਟਾਈਮ ਆ ਹਾਂਜੀ 30 ਡੇਜ਼ ਦੇ ਟਾਈਮ ਤੋਂ ਇੱਕ ਮੈਂ ਕਹੂੰਗਾ ਕਿ ਸਾਡੇ ਜਿਹੜਾ ਹੁਣ ਮੱਖਣ ਸ਼ਾਹ ਲਬਾਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ ਇਹ ਜਿਹੜਾ ਚੱਲ ਰਿਹਾ ਉਹ ਹਰ ਜਗ੍ਹਾ ਕਿ ਹੁਣ ਸਮਝ ਲਓ ਨਾਨਕ ਸ਼ਾਹੀ ਕਲੈਂਡਰ ਤੇ ਆ ਗਈ ਗੱਲ ਉੱਥੇ ਹਜੇ ਤੱਕ ਵੀ ਚੱਲ ਰਹੀ ਆ ਜਦਕਿ SDP ਜੀ ਨੇ ਕਹਿ ਦਿੱਤਾ ਇਹ ਹੋਣਾ ਚਾਹੀਦਾ ਇਹ ਜਿਹੜੀ ਚੀਜ਼ ਆ ਇਸ ਮੁੱਦੇ ਤੇ ਇਹ ਨਾ ਹੋਵੇ ਮੈਂ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਇਹ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਹ ਜਿਹੜਾ ਹੋਇਆ ਸੀ ਹੋਇਆ ਵੀ ਬਹੁਤ ਜ਼ਿਆਦਾ ਗਲਤ ਤੇ ਗਲਤ ਕਰਮਾਂ ਕਰਕੇ ਵੀ ਹੋਇਆ ਮੇਰੇ ਨਾਲ ਜਿਹੜੀ ਪਰਸਨਲ ਵਾਪਸੀ ਵਾਪਰੀ ਰਹੀ ਹੈ ਮੈਂ ਏਅਰਪੋਰਟ ਤੋਂ ਪਹਿਲਾਂ ਗਿਆ ਸੀ ਗੁਰਦੁਆਰੇ ਮੈਂ ਜਾਂਦਾ ਸੀ ਹਰ ਹਫ਼ਤੇ ਹਾਂਜੀ ਮੇਰੀ ਆਦਤ ਹੈ 28 ਲਾ ਕੇ ਰਾਜਕੁਮਾਰ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ
बस तुसी ना फिर आपां होर विस्तार सहित करांगे, सानू इजाजत दो, एक दो कॉल्स बहुत जरूरी लेनी है, फिर अपना गल करांगे। जी जी हाँ जी ठीक है जी, जरूर असी उन्हां नू सुनेहा मिल गया है, और साडा उन्हां नू लियाण दा मकसद भी यही सी कि फूलका साहब दे राही असी ओह सुनेहा श्रोमणी गुरद्वारा प्रबंधक कमेटी नू पंथक संस्थावां नू दे सकीए। तुहाडा बहुत बहुत धन्यवाद। हैलो 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 हाँ जी हाँ जी, भाई खालसा भाई फतेह, वाहिगुरु जी की फतेह, कौन बोल रहे जी? हाँ जी मैं लखवीर सिंह बोल रहा हूँ जी, इंडियानापोलिस तो। हाँ जी वीर जी हुक्म करो। हाँ जी आप अमृतसर कह रहे जी, अपना सौरा साहब ने कहा, उन्हें पूछा कि अटैक क्यों होया उत्थे। जी अटैक दे कारण ही हुंदा कि जे तो कोई इह ਕੌਮ ਨੂੰ ਗੁਲਾਮ ਸਮਝੀ ਜਾਏ, ਮਤਲਬ ਫੇਰ ਹੀ ਕੋਈ ਅਟੈਕ ਕਰਦਾ, ਉਦਾਂ ਕੋਈ ਅਟੈਕ ਥੋੜਾ ਕਰਦਾ। ਹਾਂਜੀ ਹਾਂਜੀ ਨਹੀਂ ਉਹ ਤੇ ਅਟੈਕ ਤੋਂ ਪਹਿਲੇ ਦੀ ਗੱਲ ਹੈਗੀ ਹੈ, ਜਿਹੜੀ ਉਹਨਾਂ ਨੇ ਕਿਹਾ ਸੀ ਉਹਦੇ ਸਵਾਲ ਜਵਾਬ ਸੀ, ਹਰਿਆਣੇ ਵਿੱਚ ਸਿੱਖਾਂ ਨੂੰ, ਕਿਉਂਕਿ ਅਟੈਕ ਤੋਂ ਬਾਅਦ ਤਾਂ ਕੋਈ ਮੀਟਿੰਗ ਹੋਈ ਨਹੀਂ ਨਾ, ਇਹ ਅਟੈਕ ਤੋਂ ਪਹਿਲੇ ਦੀ ਸੀ ਕਿ ਹਰਿਆਣੇ ਦੇ ਵਿੱਚ ਸਾਨੂੰ ਕਿਉਂ ਰੋਕਿਆ ਗਿਆ, ਏਸ਼ੀਆਡ ਵੇਲੇ ਕਿਉਂ ਸੀ, ਉਹਦੇ ਬਾਰੇ ਜਦ ਅਟੈਕ ਵੀ ਹੋਇਆ ਤਾਂ ਅਟੈਕ ਤਾਂ ਇਸ ਕਰਕੇ ਹੋਇਆ ਨਾ ਕਿ ਮਤਲਬ ਕਿ ਅਸੀਂ ਉੱਥੇ ਗੁਲਾਮ, ਮਤਲਬ ਸਲੇਵ ਜਿਹਨੂੰ ਕਹਿੰਦੇ ਆ। ਠੀਕ ਹੈ ਠੀਕ ਹੈ, ਦੁਨੀਆ 'ਚ ਸਿਰਫ ਇੱਕ ਸਿੱਖ ਕੌਮ ਹੈ ਜਿਹੜੀ ਕਿ ਗੁਲਾਮ ਹੁਣ। ਠੀਕ ਹੈ, ਬਹੁਤ ਬਹੁਤ, ਹੋਰ ਕੋਈ ਗੁਲਾਮ ਕੌਮ ਨਹੀਂ ਹੈਗੀ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਜੇ ਤੁਸੀਂ ਥੋੜ੍ਹਾ ਜਿਹਾ ਇਹਨੂੰ ਸਹੀ ਤਰੀਕੇ ਨਾਲ ਦੱਸਿਆ ਕਰੋ ਨਾ। ਠੀਕ ਹੈ ਜੀ ਠੀਕ ਹੈ ਜੀ। ਹੈਲੋ 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 ਹਾਂਜੀ 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 ਦੱਸੋ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਮੈਂ ਕਿਹਨਾਂ ਨਾਲ ਬੋਲ ਰਿਹਾ? ਲਾਂਬਾ ਸਾਹਿਬ। ਮੈਂ ਲਾਂਬਾ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ। ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਸ਼ੋਅ ਬੜਾ ਅੱਛਾ ਜੀ, ਤੁਸੀਂ ਬੜੀ ਗੰਭੀਰਤਾ ਨਾਲ ਇਹ ਸਭ ਕੁਛ ਦੱਸਦੇ ਹੋ ਜੀ, ਮੈਂ ਤੁਹਾਡਾ ਸ਼ੋਅ ਦੇਖਦਾ ਜੀ। ਇੱਕ ਦੋ ਗੱਲਾਂ ਨੇ, ਮੇਰਾ ਆਪਣਾ ਖਿਆਲ ਹੈ ਕਿ ਗਿਣਤੀ ਦਾ ਕਰਕੇ ਤੁਸੀਂ ਕਿ ਗਿਣਤੀ ਬਹੁਤ ਘਟੇਗੀ ਆ। ਨਹੀਂ ਨਹੀਂ ਦੱਸੋ ਦੱਸੋ ਕੀ ਕਹਿਣਾ ਚਾਹੁੰਦੇ ਹੋ? ਦੂਸਰੀ ਗੱਲ ਇਹ ਕਿ ਉਹ ਜਦੋਂ ਇਨਕੁਆਇਰੀ ਕਮਿਸ਼ਨ ਇਹਨੇ ਬਣੇ ਨੇ ਜੀ, ਉਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਇਹ ਜਿਹਨਾਂ ਨੇ ਇੰਤਜ਼ਾਮ ਨਹੀਂ ਕੀਤਾ ਜਾਂ ਪੁਲਿਸ ਨਹੀਂ ਮੰਗਾਈ ਜਾਂ ਕੁਛ ਨਹੀਂ ਕੀਤਾ, ਉਹਨਾਂ ਦਾ ਕੋਈ ਨਾਂ ਨਹੀਂ ਲਿਆ ਜਾ ਰਿਹਾ ਕਿ ਉਹਨਾਂ ਨੇ ਕਿਉਂ ਨਹੀਂ ਕੀਤਾ। ਨਹੀਂ ਕਿਸ ਦੇ ਬਾਰੇ ਗੱਲ ਕਰ ਰਹੇ ਹੋ ਤੁਸੀਂ? ਮੈਂ ਗੱਲ ਕਰ ਰਿਹਾ ਜਿਹੜੇ ਇਨਕੁਆਇਰੀ ਕਮਿਸ਼ਨ 84 ਦਾ ਬਣੇ ਨੇ ਜੀ, ਉਹਦੇ ਵਿੱਚ ਜਿਹੜੇ ਅਫਸਰ ਰਿਸਪਾਂਸੀਬਲ ਸੀਗੇ ਪੁਲਿਸ ਦੇ ਜਾਂ ਇੰਤਜ਼ਾਮੀਆ ਢਾਂਚੇ ਦੇ ਜੀ, ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ? ਨਹੀਂ ਲਿਆ ਗਿਆ, ਗੱਲ ਤਾਂ ਇਹੀ ਹੈ ਕਿਉਂਕਿ ਇਹੀ ਤਾਂ ਗਿਲਾ ਹੈ, ਇਹੀ ਤਾਂ ਸ਼ਿਕਵਾ ਹੈ ਕਿ ਉਹ ਇਨਸਾਫ ਨਹੀਂ ਮਿਲਿਆ, ਨਹੀਂ ਮਿਲਿਆ, ਮਿਲੇਗਾ ਕਿ ਨਹੀਂ ਮਿਲੇਗਾ, ਇਹ ਇੱਕ ਬਹੁਤ ਵੱਡੀ ਜਿਹੜੀ ਪੀੜਾ ਹੈ ਕਿ ਇੱਕ ਤਾਂ ਜ਼ੁਲਮ ਹੋ ਜਾਣਾ ਔਰ ਜ਼ੁਲਮ ਹੋਣ ਦੇ ਬਾਅਦ ਉਸ ਦੀ ਗੱਲ ਵੀ ਨਾ ਕਰਨੀ, ਇਹ ਜ਼ਿਆਦਾ ਜੀ ਉਸ ਦੇ ਉੱਤੇ ਇੱਕ ਗੰਭੀਰ ਗੱਲ ਹੈ। ਉਹਨਾਂ ਦਾ ਨਾਂ ਨਹੀਂ ਲੈਂਦਾ, ਉਹਨਾਂ ਨੂੰ ਜੀ ਜੀ ਬਿਲਕੁਲ, ਮੀਡੀਆ ਦਾ ਰੋਲ ਇਹੀ ਹੈ ਕਿ ਉਸ ਨੂੰ ਉਜਾਗਰ ਕੀਤਾ ਜਾਏ ਔਰ ਲੋਕਾਂ ਦੇ ਵਿੱਚ ਅਹਿਸਾਸ ਕੀਤਾ ਜਾਏ। ਗਿਣਤੀ ਬੜੀ ਘੱਟ ਹੈ ਤੇ ਤੀਸਰਾ ਹੈ ਕਿ ਉਹ ਜੇਮ ਅਕਬਰ ਦੀ ਬੁੱਕ ਦੇ ਵਿੱਚ ਉਹਨੇ ਲਿਖਿਆ ਕਿ ਜਿਹੜੇ ਹੈਗੇ ਨੇ ਜਿਹਨਾਂ ਤੁਸੀਂ ਡੀਲ ਕਰ ਰਹੇ ਹੋ ਉਹਨਾਂ ਦਾ ਫੌਕਸੀ ਮਾਇੰਡ ਹੈਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ। ਹੈਲੋ, ਵਾਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਅਹਿਮ ਮੁੱਦਾ ਲੈ ਕੇ ਆਏ ਅੱਜ, ਤੁਸੀਂ ਬਹੁਤ ਵਧੀਆ ਕਿਹਾ, ਫੂਲਕਾ ਸਾਹਿਬ ਨੂੰ ਲਿਆਏ ਆ। ਤੁਸੀਂ ਕੌਣ ਬੋਲ ਰਹੇ? ਆਪਣਾ ਨਾਂ ਤੇ ਦੱਸ। ਸਰਮਜੀਤ ਸਿੰਘ ਪੱਟੀ ਕੈਨੇਡਾ ਤੋਂ ਬੋਲਦਾ ਜੀ। ਹਾਂਜੀ ਵੀਰ ਜੀ ਹੁਕਮ ਕਰੋ ਕੀ ਕਹਿਣਾ ਜੀ। ਬਹੁਤ ਵਧੀਆ ਕੀਤਾ, ਪਰ ਇਹ ਗੱਲ ਹੈ ਤਾਂ ਵੀ ਲਾਂਬਾ ਸਾਹਿਬ ਤੁਸੀਂ ਤਾਂ ਸਿਆਣੇ ਆ, ਸਾਥੋਂ ਪੜ੍ਹੇ ਲਿਖੇ ਆ, ਤੁਹਾਨੂੰ ਪਤਾ ਵੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਲਈ ਤਾਂ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਉੱਥੇ ਤਾਂ ਸਾਡੀ ਸੁਣਾਈ ਹੈ ਹੀ ਨਹੀਂ, ਨਾ ਚਾਹੇ ਸਾਨੂੰ ਕੋਈ ਇਨਸਾਫ਼ ਮਿਲਿਆ ਨਾ ਮਿਲਣਾ। ਤੇ ਜਿਹੜੇ ਸਾਡੇ ਸਿੱਖ ਜਿਹੜੇ ਸਾਡੇ ਵਜ਼ੀਰ ਆ, ਜਿਹੜੇ ਸਾਡੇ ਸਿੱਖ ਲੀਡਰ ਆ, ਉਹ ਨਹੀਂ ਸਾਨੂੰ ਇਨਸਾਫ਼ ਦੇਣਾ ਚਾਹੁੰਦੇ। ਆ ਪਿੱਛੇ ਜਿਹੜੀ ਗੱਲ ਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਸੀ ਪੱਗ ਬਾਰੇ, ਮੋਹਰੇ ਜਵਾਬ ਇਹ ਦਿੱਤਾ, ਕਹਿੰਦਾ ਮੈਂ ਉਹ ਮੈਨੂੰ ਕਹੇ ਮੋਹਰੇ ਕਹਿਣ ਲੱਗੇ ਪੱਗ ਮੈਂ ਚੱਕ ਕੇ ਅਗਰੇ ਸਿਰ ਦੇ ਉੱਤੇ ਰੱਖ ਦੇਵਾਂ,
ਦੇਖੋ ਗੱਲ ਇਹ ਹੈ ਕਿ ਇਹ ਪ੍ਰਧਾਨ ਸਾਹਿਬ ਹੋਣ ਤਾਂ ਉਹੀ ਜਵਾਬ ਦੇ ਸਕਦੇ ਆ ਕਿ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ। ਜ਼ਰੂਰ ਆਉਣਗੇ, ਐਸੀ ਗੱਲ ਨਹੀਂ ਗੀ, ਪਰ ਜਿਹੜੀ ਚੀਜ਼ ਦਾ ਉਹ ਜਵਾਬ ਨਹੀਂ ਦੇ ਸਕਦੇ ਉਹਨਾਂ ਦੇ ਉੱਤੇ ਅਸੀਂ ਕਿਵੇਂ ਕਹਿ ਨਹੀਂ ਸਕਦੇ ਨਾ, ਇਸ ਕਰਕੇ। ਬਾਕੀ ਬਾਕੀ ਤੁਸੀਂ ਇੱਕ ਗੱਲ ਦੱਸਦੇ ਹਾਂ, ਬਾਕੀ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੋਵਾਂਗਾ, ਬਿਲਕੁਲ ਨਹੀਂ ਹੋਵਾਂਗਾ, ਕਿਉਂਕਿ ਮੈਂ ਦੱਸਦੇ ਹਾਂ ਕਿ ਤੁਸੀਂ ਹੈਰਾਨ ਹੋਵੋਗੇ, ਵਾਹਿਗੁਰੂ ਦੀ ਅਦ੍ਰਿਸ਼ ਕਲਾ ਵਾਪਰਦੀ ਹੈ ਪੰਜਾਬ ਦੇ, ਹਿੰਦੁਸਤਾਨ ਦੀ ਸਰਕਾਰ ਨੇ, ਹੋਮ ਮਿਨਿਸਟਰੀ ਨੇ, ਸ਼੍ਰੀ ਐਲ ਕੇ ਅਡਵਾਨੀ ਦੀ ਹੋਮ ਮਿਨਿਸਟਰੀ ਦੇ ਦੌਰਾਨ ਸਹਿਜਧਾਰੀ ਦੇ ਨਾਂ ਥੱਲੇ ਜਿਹੜੀਆਂ ਗੈਰ ਸਿੱਖਾਂ ਦੀਆਂ ਵੋਟਾਂ ਸ਼੍ਰੋਮਣੀ ਕਮੇਟੀ ਲਈ ਸੀ ਉਹ ਕੱਟ ਦਿੱਤੀਆਂ, ਉਹਨਾਂ ਨੂੰ ਹਟਾ ਦਿੱਤਾ, ਕਾਨੂੰਨ 'ਚ ਤਬਦੀਲੀ ਕਰ ਦਿੱਤੀ। ਪੰਜਾਬ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਕਿ ਸਿੱਖ ਜਿਹੜਾ ਹੈ ਸਹਿਜਧਾਰੀ ਵੀ ਕੇਸਾਧਾਰੀ ਹੋ ਸਕਦਾ। ਐਸੀ ਗੱਲ ਨਹੀਂ ਜਿਵੇਂ ਜਸਟਿਸ ਵੀ ਐਮ ਤਾਰਕੁੰਡੇ ਦੀ ਗੱਲ ਕੀਤੀ, ਪਚੋਲੀ ਦੀ ਗੱਲ ਕੀਤੀ, ਜਾਰਜ ਫਰਨਾਂਡਿਸ ਦੀ ਗੱਲ ਕੀਤੀ, ਬਹੁਤ ਲੋਕ ਹਨ, ਬਹੁਤ ਕਮਿਸ਼ਨ ਬਣੇ ਜਿਨ੍ਹਾਂ ਨੇ ਸਿੱਖ ਹੱਕਾਂ ਦੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਹੈ। ਸੋ ਗਿਲਾ ਠੀਕ ਹੈ, ਪਰ ਸਾਨੂੰ ਪੋਜ਼ਿਟਿਵ ਪੱਖ ਵੀ ਦੇਖਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਹੈਲੋ, ਅਸੀਂ ਅਖੀਰਲੀ ਕਾਲ ਲੈ ਕੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਜੀ, ਕੌਣ ਬੋਲ ਰਹੇ ਜੀ? ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ ਲਾਂਬਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਸਰ ਆਪਣਾ ਨਾਂ ਨਹੀਂ ਦੱਸ ਸਕਦਾ, ਜੀ ਆਪਣਾ। ਤੁਸੀਂ ਦੱਸਣਾ ਨਹੀਂ ਚਾਹੁੰਦੇ ਕਿ ਦੱਸ ਨਹੀਂ ਸਕਦੇ? ਨਹੀਂ, ਮੈਂ ਦੱਸਣਾ ਨਹੀਂ ਚਾਹੁੰਦਾ। ਚਲੋ ਕੋਈ ਗੱਲ ਨਹੀਂ, ਗੱਲ ਕਰੋ, ਤੁਸੀਂ ਆਪਣੀ ਗੱਲ ਤੇ ਦੱਸ ਸਕਦੇ ਹੋ? ਗੱਲ ਇਸ ਤਰ੍ਹਾਂ ਜੀ ਕਿ ਜਿਹੜੀ ਸਰਕਾਰ ਦੀ ਆਪਣੀ ਗੌਰਮੈਂਟ ਦੀ ਬੇਰੁਖੀ ਮੈਂ ਹੁਣ ਤੱਕ ਦੇਖੀ ਆ ਨਾ ਜੀ। ਜੀ, ਜਦੋਂ 1984 ਦਾ ਉਹ ਹੋਇਆ ਆਪਰੇਸ਼ਨ ਬਲੂ ਸਟਾਰ, ਮੈਂ ਉੱਥੇ ਹੀ ਸੀਗਾ ਜੀ। ਅੱਛਾ ਜੀ, ਠੀਕ ਹੈ ਜੀ। ਮੈਂ ਛੋਟਾ ਬੱਚਾ ਸੀਗਾ ਤੇ ਉਹਦੇ ਕਰਕੇ ਤੁਸੀਂ ਕਹਿ ਲਓ ਕਿ ਮੇਰੀ ਇੰਨੀ ਜ਼ਿਆਦਾ ਇਨਵੋਲਵਮੈਂਟ ਨਹੀਂ ਸੀ ਹੈਗੀ। ਠੀਕ ਹੈ ਜੀ। ਪਰ ਹੁਣ ਤੱਕ, ਉਦੋਂ ਤੋਂ ਲੈ ਕੇ ਹੁਣ ਤੱਕ ਜੋ ਮੈਂ ਸਰਕਾਰ ਦੀ ਜਾਂ ਬੇਰੁਖੀ ਦੇਖ ਰਿਹਾ ਹਾਂ ਆਪਣੀ ਕਮਿਊਨਿਟੀ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ, ਜੀ, ਇਹ ਜਿਹੜਾ ਸਾਡੀ ਉਸਦੇ ਮੰਗ ਸੀ ਖਾਲਿਸਤਾਨ ਦੀ, ਕੀ ਉਹ ਸਹੀ ਸੀ? ਕਿ ਬਿਲਕੁਲ, ਮੈਂ ਇਹੀ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜੇ ਤੁਹਾਡੇ ਸਵਾਲ ਹੈ, ਜਿੰਨੇ ਵੀ ਸਵਾਲ ਹੈ, ਇਹਨਾਂ ਸਾਰੇ ਸਵਾਲਾਂ ਦਾ ਜਵਾਬ, ਇਹਨਾਂ ਸਾਰੇ ਸਵਾਲਾਂ ਨੂੰ ਡਿਸਕਸ ਕੀਤਾ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ। ਉਹ ਬਿਆਨ, ਉਹ ਦਸਤਾਵੇਜ਼ ਜਿਹੜਾ ਹਾਈ ਕੋਰਟ ਦੇ ਵਿੱਚ ਡਾਕੂਮੈਂਟਡ ਕਰਾਇਆ ਗਿਆ। ਸੋ ਸਮਾਂ ਆਏਗਾ ਕਿ ਉਹ ਸਾਰਾ ਕੁਝ ਆਪ ਤੱਕ ਪਹੁੰਚੇਗਾ, ਔਰ ਕਾਫੀ ਇਹਨਾਂ ਕਈ ਮੁੱਦਿਆਂ ਤੋਂ, ਕਈ ਜਿਹੜੇ ਇਸ਼ੂਜ਼ ਹਨ ਉਹਨਾਂ ਦੇ ਉੱਤੋਂ ਪਰਦਾ ਹਟੇਗਾ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ? ਤੁਸੀਂ ਸਾਨੂੰ info@justpunjabi.com, lamba@justpunjabi.com ਦੇ ਉੱਤੇ ਆਪਣੇ ਵਿਚਾਰ ਜ਼ਰੂਰ ਲਿਖ ਭੇਜਣਾ। ਕੱਲ੍ਹ 8:30 ਈਸਟਰਨ ਟਾਈਮ ਦੇ ਉੱਤੇ ਇੱਕ ਪ੍ਰੋਗਰਾਮ ਹੋਰ ਲੈ ਕੇ ਮੁੜ ਆਪਣੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।